ਸਕਾਈਲਾਈਨ ਚੌਂਕ ਨਾਕਾ ਲੱਗਾ ਜੀ ਲੋਕ ਸਭਾ ਚੋਣਾਂ ਦੌਰਾਨ। ਉਸ ਨਾਕੇ 'ਤੇ ਆਪਾਂ ਗੱਡੀ ਰੋਕੀ ਇੱਕ ਵਾਲੀ MG ਸੈਕਟਰ, ਅਤੇ ਇਸ ਗੱਡੀ ਦੇ ਵਿੱਚੋਂ ਜਿਹੜੇ ਮਾਲਕ ਸੀ ਉਹਨਾਂ ਨੇ ਆਪਣਾ ਜੰਗ ਬਹਾਦਰ ਸਿੰਘ ਦੱਸਿਆ, ਔਰ ਇੱਥੇ ਜਿਹੜੇ ਫਗਵਾੜਾ ਗੇਟ ਨੇ ਬਲਬੀਰ ਸਿੰਘ ਐਂਡ ਸੰਨ ਨਾਮ ਦੀ ਦੁਕਾਨ ਹੈ, ਅਤੇ ਇਹਨਾਂ ਦੇ ਅੱਗੇ ਬੈਗ ਪਿਆ ਸੀ ਕਾਲੇ ਰੰਗ ਦਾ ਹੈਂਡਬੈਗ, ਉਹਨੂੰ ਚੈੱਕ ਕੀਤਾ, ਉਹਦੇ ਵਿੱਚੋਂ 5,58,400 ਰੁਪਏ ਬਰਾਮਦ ਹੋਏ ਹੈ, ਜੋ SSC ਟੀਮ ਦੇ ਇੰਚਾਰਜ ਨੇ ਚੈੱਕ ਕੀਤੀ, ਜਿਹੜਾ ਇੱਕ ਸਟੇਟਮੈਂਟ ਦਿਖਾ ਰਹੇ ਆ ਉਹ ਸਫੀਸ਼ੀਐਂਟ ਨਹੀਂ ਹੈ ਜੀ। ਇਲੈਕਸ਼ਨ ਕਮਿਸ਼ਨ ਦੇ ਕੋਡ ਆਫ ਕੰਡਕਟ ਮੁਤਾਬਕ 50,000 ਤੋਂ ਉੱਪਰ ਅਮਾਊਂਟ ਲੈ ਕੇ ਕਿਤੇ ਵੀ ਜਾਣਾ ਆਪਾਂ ਹੈਂਡਲ ਨਹੀਂ ਕਰ ਸਕਦੇ, ਅਤੇ ਇਸ ਲਈ ਇਹਨੂੰ ਸੀਜ਼ਰ ਜ਼ਬਤ ਕੀਤਾ ਗਿਆ। ਇਹ ਖਜ਼ਾਨੇ ਜਮ੍ਹਾਂ ਕਰਵਾ ਰਹੇ ਹਾਂ ਜੀ, ਅੱਗੇ ਆਪਣੇ ਡਾਕੂਮੈਂਟਸ ਦਿਖਾ ਕੇ ਆਪਣੇ ਲੈ ਸਕਦੇ ਹਾਂ। ਸਰ ਉਹਨਾਂ ਦਾ ਕਹਿਣਾ ਮੈਂ ਬੈਂਕ ਜਮ੍ਹਾਂ ਕਰਾ ਰਿਹਾ ਸੀ, ਜਿਹੜੇ ਮੈਂ ਸਟੇਟਮੈਂਟ ਵੀ ਦਿਖਾਈ ਹੈਗੀ। ਨਹੀਂ ਉਹ ਮੈਂ ਨਹੀਂ ਉਹਨਾਂ ਕਰ ਸਕਦਾ, ਉਹਨੂੰ ਸਫੀਸ਼ੀਐਂਟ ਜਿਹੜਾ ਕਰਨਾ ਸੈਟਲ, ਇਹਨਾਂ ਦੀ ਸੈਟਲਮੈਂਟ ਜਿਹੜੀ ਤਸੱਲੀ ਕਰਾਉਣੀ ਹੈ ਉਹ ਸੰਬੰਧਿਤ ਡਿਪਾਰਟਮੈਂਟ ਦੀ ਕਰਾਉਣੀ ਹੈ, SSC ਟੀਮਾਂ ਦੀ ਕਰਾਉਣੀ ਹੈ। ਹੁਣ ਅਸੀਂ ਇਹਨੂੰ ਖਜ਼ਾਨੇ ਜਮ੍ਹਾਂ ਕਰਵਾ ਲਵਾਂਗੇ।